हाँ जी दर्शकों, तुसी देख रहे सके ते उना उस भैन नू जिन्हें जिहड़ा कह लो पे इह जिहड़ा बिजनेस आ जिन्हू पूरे ना लोकां दे लई इक मार्गदर्शन आ ते कुड़ियां बीबियां भैणां लई जिहड़े पिंडां दे विच वी आपां ना ते बीबियां भैणां अपने हुनर नू दब के बहि जांदी। दोस्तों देखो, इस अपने भैणां दे ढाबे ते जिहड़ा बफे लगा आ ना, इह बफे कह लो पे 99 रुपए दे विच चलदा। देखो किन्नी तरहां दा खाणा आ इहदे विच ਤੇ ਇਹ ਮੈਨੂੰ ਲੱਗਦਾ ਵੀ ਅੱਜ ਦੀ ਮਹਿੰਗਾਈ ਦੇ ਜ਼ਮਾਨੇ ਦੇ ਵਿੱਚ ਇਹ ਨਾ ਬਹੁਤ ਜਿਹੜਾ ਹੈਲਦੀ ਖਾਣਾ ਜਿਹਨੂੰ ਕਹਿ ਸਕਦੇ ਆਪਾਂ, ਸਾਫ਼ ਸੁਥਰਾ ਤੇ ਤੁਸੀਂ ਆਪ ਜਿਹੜਾ ਪਾਣਾ ਆ ਆਪ ਪਾ ਕੇ ਉਹ ਬੱਲੇ 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 ਦੇ। ਹਾਂਜੀ ਦੋਸਤੋ, ਫਾਈਨਲੀ ਸਾਡੇ ਕੋਲ ਖਾਣਾ ਜਿਹੜਾ ਅਸੀਂ ਪਾ ਕੇ ਬਹਿ ਗਏ ਆ ਤੇ ਆ ਦੇਖੋ ਇੱਥੇ ਕਿੰਨੀ ਤਰ੍ਹਾਂ ਦਾ ਥਾਲੀ ਦੇ ਵਿੱਚ ਕਿੰਨਾ ਸਾਫ਼ ਸੁਥਰਾ ਖਾਣਾ ਆ। ਇਹ ਸਾਰੀ ਦਿਹਾੜੀ ਬੰਦਾ ਨਾ ਰੋਟੀ ਦੇ ਭੱਜਾ ਫਿਰਦਾ ਤੇ ਮੈਨੂੰ ਲੱਗਦਾ ਇਹ ਕੰਮ ਦੇ ਨਾਲ ਨਾਲ ਇਹਨਾਂ ਦਾ ਇਹ ਜਿਹੜਾ ਨਾ ਇਹ ਕਨਸੈਪਟ ਹੈ, ਹਰ ਇੱਕ ਬੰਦੇ ਨੂੰ ਰੋਟੀ ਖਾਣ ਦਾ ਤੱਕ ਸੀਮਤ ਵੀ ਆ। ਤੇ ਸੋਚਿਆ ਵੀ ਤੁਹਾਨੂੰ ਵੀ ਇਸ ਕੈਮਰੇ ਦੀ ਅੱਖ ਦੇ ਨਾਲ ਸੈਰ ਕਰਾਈਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੀ ਦੇਖ ਸਕੋ ਵੀ ਆਪਣੇ ਆਪ ਨੂੰ ਸਟੈਬਲਿਸ਼ ਕਿੱਦਾਂ ਹੋਣਾ, ਵੀ ਮੰਨ ਲਓ ਆਪਣੇ ਆਪ ਨੂੰ ਯਾਰ ਤਰੱਕੀ ਦੇ ਰਾਹ 'ਤੇ ਕਿੱਦਾਂ ਲੈ ਕੇ ਜਾਣਾ। ਇੱਕ ਇਹੋ ਜਿਹਾ ਢਾਬੇ 'ਤੇ ਮੈਂ ਆਇਆ ਜਿਹਨੂੰ ਢਾਬਾ ਜਿਹੜਾ ਕਹਿ ਲਏ ਵੀ ਬੀਬੀਆਂ ਚਲਾਉਣੀਆਂ, ਭੈਣਾਂ ਚਲਾਉਣੀਆਂ, ਔਰ ਢਾਬੇ ਦਾ ਨਾਂ ਵੀ ਹੈਗਾ ਅਤੇ ਭੈਣਾਂ ਦਾ ਢਾਬਾ। ਅਤੇ ਅੰਦਰ ਜਾ ਕੇ ਆਪਾਂ ਹੁਣ ਦੇਖਦੇ ਹਾਂ ਵੀ ਇੱਥੇ ਖਾਣਾ ਦਾਣਾ ਜਿਹੜਾ ਉਹ ਕਿਹੋ ਜਿਹਾ ਆ ਅਤੇ ਕੀ ਪ੍ਰੋਸੈਸ ਆ ਅਤੇ ਕਿੱਦਾਂ ਮਿਲਦਾ ਆ ਉਹ, ਤੇ ਅਸੀਂ ਜਾ ਕੇ ਅੰਦਰ ਬਹਿ ਕੇ ਫਿਰ ਗੱਲਬਾਤ ਕਰਾਂਗੇ ਨਾਲੇ, ਤੇ ਨਾਲੇ ਖਾਣਾ ਜਿਹੜਾ ਟੇਸਟ ਕਰਾਂਗੇ। ਤੇ ਤੁਸੀਂ ਵੀ ਆਓ ਤੇ ਨਾਲੇ ਤੁਹਾਨੂੰ ਦੱਸਦੇ ਆ। ਮੈਂ ਤਾਂ ਹੀ ਹਮੇਸ਼ਾ ਹਰ ਵੀਡੀਓ ਦੇ ਵਿੱਚ ਕਹਿੰਦਾ ਨਾ, ਕੰਮ ਨਾ ਜਿਹੜਾ ਕੋਈ ਛੋਟਾ ਬੜਾ ਨਹੀਂ ਹੁੰਦਾ, ਤੇ ਕੰਮ ਨੂੰ ਪੂਰੀ ਮਿਹਨਤ ਔਰ ਲਗਨ ਦੇ ਨਾਲ ਕਰਿਆ ਕਰੋ, ਕਿਉਂਕਿ ਕੰਮ ਜਦ ਛੋਟੇ ਤੋਂ ਵੱਡਾ ਹੋਣ ਲੱਗਦਾ ਫਿਰ ਬੜਾ ਟਾਈਮ ਨਹੀਂ ਲੱਗਦਾ। ਦੋ ਤਰ੍ਹਾਂ ਦਾ ਮੈਂ ਇਹਨੂੰ ਸਮਝਾਂਗਾ ਵੀ ਦੋ ਤਰ੍ਹਾਂ ਦਾ ਜਿਹੜਾ ਪੁੰਨ ਵਾ ਨਾ ਉਹ ਹੋ ਗਿਆ। ਇੱਕ ਤਾਂ ਲੋਕ ਆਪਣਾ ਢਿੱਡ ਭਰ ਲੈਂਦੇ ਆ ਤੇ ਦੂਜਾ ਜਿਹੜਾ ਆ ਜਿੱਦਾਂ ਹੁਣ ਭੈਣਾਂ ਦਾ ਢਾਬਾ ਆ ਤੇ ਉਹਨਾਂ ਬੀਬੀਆਂ ਭੈਣਾਂ ਨੂੰ ਕੰਮ ਆ ਜਿਹੜਾ ਆ ਇਹ ਆਪਣਾ ਇੱਕ ਇੱਕ ਤਰ੍ਹਾਂ ਦੀ ਇਨਸਪੀਰੇਸ਼ਨ ਆ ਇਹ ਵੀ ਜਿਹੜੀਆਂ ਭੈਣਾਂ ਜਿਹੜੀਆਂ ਆਪਣੇ ਕੰਮ ਦੇ ਵਿੱਚ ਤੇ ਆਪਣੇ ਜਿਹੜੀ ਕੰਮ ਨੂੰ ਕਰਨ ਲੱਗੇ ਝਿਜਕ ਮੰਨਦੀਆਂ ਆ ਤੇ ਸੋ ਉਹਨਾਂ ਲਈ ਤਾਂ ਇਨਸਪੀਰੇਸ਼ਨ ਇਹ ਪੱਕੀ ਹੈਗੀ ਆ, ਕਿਉਂਕਿ ਜੇ ਕੰਮ ਨੂੰ ਤੁਸੀਂ ਦੇਖ ਕੇ ਵਧੀਆ ਤਰੀਕੇ ਨਾਲ ਕਰੋਗੇ ਤਾਂ ਦੇਖ ਲਓ ਵੀ ਤੁਸੀਂ ਸਟੈਬਲਿਸ਼ ਕੀਤਾ ਹੋਇਆ ਢਾਬਾ ਔਰ ਕਿੱਥੇ ਕਸਟਮਰ ਆ ਜਿਹੜੇ ਆਉਂਦੇ ਆ। ਸੋ ਇਹ ਵੇਟਰ ਸਾਹਿਬ ਸਾਨੂੰ ਹੈਲੋ ਕਹਿ ਗਏ, ਕੋਈ ਗੱਲ ਨਹੀਂ ਸਾਸੀ ਤੇ ਮਿਲਦੇ ਆ ਕਿਉਂਕਿ ਇਹਨਾਂ ਦਾ ਵੀ ਫਰਜ਼ ਬਣਦਾ। ਤੇ ਆਓ ਹੁਣ ਮੈਂ ਤੁਹਾਨੂੰ ਇੱਕ ਵਾਰ ਕੈਮਰਾ ਮੈਨ ਨੂੰ ਕਹੂੰਗਾ ਢਾਬੇ ਦੇ ਉੱਪਰ ਨਾ ਸਾਰੇ ਲੱਗਿਓ ਬੋਰਡ ਜ਼ਰੂਰ ਦਿਖਾ ਲਓ, ਕਿਉਂਕਿ ਦੇਖੋ ਇੱਕ ਚੀਜ਼ ਮੈਂ ਇੱਥੇ ਬਹੁਤ ਖਾਸ ਚੀਜ਼ ਦੇਖੀ। ਚਲੋ ਆਓ ਪਹਿਲਾਂ ਤੁਹਾਨੂੰ ਦਿਖਾ ਲਦਾ ਤੇ ਜਿੱਦਾਂ ਨਾ ਦੇਖੋ ਇਹਦੇ ਵਿੱਚ ਕੀ ਆ, ਕਹਿੰਦਾ ਸ਼ੇਅਰਿੰਗ ਨਾਟ ਅਲਾਊਡ, ਫੂਡ ਵੇਸਟ ਫਾਈਨ 100 ਰੁਪਈਆ। ਦੇਖੋ ਪੈਸੇ ਵੀ ਤੁਹਾਡੇ ਆ ਤੇ ਤੁਸੀਂ ਨਾ ਇਹਦੇ ਵਿੱਚ ਫੂਡ ਦੀ ਨਾ ਜਿਹੜੀ ਫੂਡ ਦੀ ਕਦਰ ਕਰਦੇ ਆ ਇਹ, ਤੇ ਇਹਦੇ ਕਰਕੇ ਹੀ ਜਿਹੜਾ ਆ ਉਹਨੇ 100 ਰੁਪਈਆ ਫਾਈਨ ਲਿਖਿਆ ਹੋਇਆ। ਤੇ ਨਾਲ ਦੇਖੋ ਪਿਆ ਕਿੰਨੇ ਸੋਹਣੇ ਮੈਸੇਜ ਲੱਗੇ ਹੋਏ ਆ ਵੀ ਜਿਹੜਾ ਰੋਟੀ ਆ ਪਾਣੀ ਇਹ ਇੱਕ ਤਰ੍ਹਾਂ ਦਾ ਗਰੀਬ ਬੰਦੇ ਦੇ ਮੂੰਹ ਪੈ ਸਕੇ। ਸੋ ਬਾਕੀ ਇੱਥੇ ਜਿਹੜਾ ਮੈਟਰ ਆ ਇੱਕ ਸੇਵਾ ਵਾਲਾ ਵੀ ਆ ਤੇ ਇੱਕ ਬਿਜ਼ਨਸ ਵਾਲਾ ਵੀ, ਦੋਵੇਂ ਕਨਸੈਪਟ ਇਹਦੇ ਵਿੱਚ ਮੈਚ ਕਰਦੇ ਆ। ਸੋ ਮੈਨੂੰ ਤਾਂ ਇਹ ਆਈਡੀਆ ਬਾਈ ਦੋਸਤੋ ਬਹੁਤ ਵਧੀਆ ਲੱਗਾ, ਤੇ ਜੇ ਤੁਹਾਨੂੰ ਵਧੀਆ ਲੱਗਾ ਤੇ ਤੁਸੀਂ ਜਿਹੜਾ ਇੱਕ ਵਾਰੀ ਸ਼ੇਅਰ ਇਹਨੂੰ ਜ਼ਰੂਰ ਕਰਨਾ, ਕਿਉਂਕਿ ਇਹ ਚੀਜ਼ ਮੈਨੂੰ ਤਾਂ ਮੇਰੇ ਤਾਂ ਮੂੰਹ 'ਚ ਪਾਣੀ ਆਉਣ ਲੱਗ ਪਿਆ ਰੋਟੀ ਦੇ ਖਾਣਾ ਦੇਖ ਕੇ। ਦਾਲਾਂ ਇਹ ਦੇਖੋ 1 2 3 4 5 6 7 ਤਰ੍ਹਾਂ ਦੀਆਂ ਦੋਸਤੋ ਦਾਲਾਂ ਆ ਬਫੇ ਦੇ ਵਿੱਚ, ਯਾਨੀ ਕੜੀ ਚੌਲ ਵੀ ਆ ਵਿੱਚ, ਸਾਰਾ ਕੁਛ ਹੀ ਸਮਾਨ ਆ ਦੋਸਤੋ। ਵਾਹ ਜੀ ਵਾਹ, ਰੰਗ ਦੇਖੋ ਕਿੰਨਾ ਵਧੀਆ ਇਹਦਾ, ਰੰਗ ਦੇਖੋ ਹੈ ਬਈ। ਕੈਮਰਾ ਮੈਨੂੰ ਕਹੂੰਗਾ ਦਿਖਾ ਲਿਓ ਇੱਕ ਵਾਰੀ ਮਾੜਾ ਜਿਹਾ ਰੰਗ ਦੇਖ, ਮੈਂ ਕਿਹਾ ਕਿੰਨਾ ਵਧੀਆ ਹੈ ਸਬਜ਼ੀ ਦਾ, ਵੀ ਜਦੋਂ ਮੈਂ ਆਪੇ ਖੁਦ ਆ ਕੇ ਦੇਖੂੰਗੇ ਇੱਥੇ ਤੇ। ਪਰ ਮੈਂ ਜ਼ਿਆਦਾ ਇਸ ਬਿਜ਼ਨਸ ਦੇ ਨਾਲੋਂ ਮੈਂ ਤਾਂ ਇਹ ਕਹੂੰਗਾ ਵੀ ਜਿਹੜਾ ਬੀਬੀਆਂ ਨੇ ਕੰਮ ਕੀਤਾ ਹੈ ਨਾ ਇਹ, ਉਹ ਉਹਦੇ ਨਾਲ ਦੀ ਰੀਸ ਨਹੀਂ, ਇਹ ਹਰ ਇੱਕ ਭੈਣ ਬੀਬੀ ਭੈਣ ਨੂੰ ਕਰਨਾ ਚਾਹੀਦਾ। ਲਓ ਵੇ ਦੋਸਤੋ, ਫਾਈਨਲੀ ਨਾ ਹੁਣ ਆਪਾਂ ਪੇਟ ਪੂਜਾ ਕਰ ਲਈ ਆ ਤੇ ਆ ਜਾਓ ਹੁਣ ਤੁਹਾਨੂੰ ਜਿਹੜਾ ਸ਼ਹਿਰ ਆ ਆਪਾਂ ਘੁਮਾਵਾਂਗੇ ਤੇ ਦਿਆਂ ਕਿਆ ਕਹਿੰਦੇ ਆ ਗੱਲਬਾਤ ਕਰਦੇ ਆ ਤੇ ਹੁਣ, ਕਿਉਂਕਿ ਰੋਟੀ ਪਾਣੀ ਦਾ ਜਿਹੜਾ ਖਾਣਾ ਸੀ ਖਾ ਲਿਆ ਤੇ ਬਈ ਖਾਣਾ ਰੋਟੀ ਪਾਣੀ ਮੈਨੂੰ ਲੱਗਦਾ ਇਹ ਤੋਂ ਵਧੀਆ ਕਿਤੇ ਹੋਰ ਪਾਸੇ ਮਿਲ ਨਹੀਂ ਸਕਦਾ, ਕਿਉਂਕਿ ਸਮਾਨ ਆ ਜਿਹੜਾ ਇਹ ਕਹਿਲਾ ਵੀ ਜਿੱਦਾਂ ਘਰ ਨਹੀਂ ਬਣਿਆ ਹੁੰਦਾ ਉਹ ਚੀਜ਼ ਸੀਗੀ। ਇੱਦਾਂ ਕਹਿਲਾ ਵੀ ਆਪਣੇ ਨਿਆਣਿਆਂ ਨੂੰ ਨਾਲ ਲੈ ਕੇ ਆਇਓ ਤਾਂ ਜੋ ਉੱਥੇ ਆ ਕੇ ਦੇਖ ਸਕਣ, ਕੋਈ ਸਿੱਖ ਸਕਣ, ਕਿਉਂਕਿ ਜਿਹੜੇ ਬੰਦੇ ਛੋਟੇ ਲੈ ਥੱਲੇ ਤੋਂ ਉੱਠਿਆ ਹੁੰਦਾ ਨਾ ਉਹ ਬਹੁਤਿਆਂ ਲਈ ਇੰਸਪੀਰੇਸ਼ਨ ਬਣ ਜਾਂਦਾ। ਸੋ ਇਹੀ ਚੀਜ਼ ਹੋਇਆ ਵਾ ਇੱਥੇ। ਸੋ ਦੋਸਤੋ ਧੰਨਵਾਦ, ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ 'ਚ।